ਗਰਮੀ ਬਹੁਤ ਹੈ, ਤੁਸੀਂ ਵੀ ਕਾਫੀ ਲੰਬੇ ਸਮੇਂ ਤੋਂ ਬੈਠੇ ਹੋ, ਇੰਤਜ਼ਾਰ ਕਰ ਰਹੇ ਹੋ ਵੀ ਕਦ ਵਾਰੀ ਆਊਗੀ, ਪਰ ਮੇਰੀ ਬੇਨਤੀ ਹੈ ਕਿ 10 ਕੁ ਮਿੰਟ ਹੋਰ ਗਰਮੀ ਜਿਹੜੀ ਝੱਲ ਲਓ, 10 ਕੁ ਮਿੰਟ ਦਾ ਹੀ ਪ੍ਰੋਗਰਾਮ ਰਹਿ ਗਿਆ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦੀ ਹਾਂ ਨਿੱਜਰ ਸਾਹਿਬ ਦਾ, ਜਿਨ੍ਹਾਂ ਨੇ ਅੱਜ ਇੰਨਾ ਵਧੀਆ ਪ੍ਰੋਗਰਾਮ ਉਲੀਕਿਆ, ਜਿਨ੍ਹਾਂ ਦੀ ਸੋਚ ਸਦਕਾ ਅੱਜ ਆਪਾਂ ਸਾਰੇ ਇੱਥੇ ਇਕੱਠੇ ਹੋਏ ਹਾਂ, ਜਿਹੜਾ ਇੱਕ ਨੇਕ ਉਪਰਾਲਾ ਕਰ ਰਹੇ ਨੇ ਆਮ ਪਰਿਵਾਰਾਂ ਦੇ ਅੱਖਾਂ ਦਾ ਇਲਾਜ ਕਰਾ ਕੇ। ਇੱਕ ਆਏ ਕੈਂਪ ਲਵਾਇਆ ਜਿੱਥੇ ਤੁਸੀਂ ਆਪਦੀਆਂ ਅੱਖਾਂ ਦਾ ਟ੍ਰੀਟਮੈਂਟ ਕਰਾ ਸਕਦੇ ਹੋ, ਜਾਂਚ ਕਰਾ ਸਕਦੇ ਹੋ, ਆਪਰੇਟ ਕਰਾ ਸਕਦੇ ਹੋ। ਸੋ ਮੈਂ ਇੱਕ ਛੋਟੀ ਜਿਹੀ ਰਿਕੁਐਸਟ ਕੀਤੀ ਸੀ ਨਿੱਜਰ ਸਾਹਿਬ ਨੂੰ ਵੀ ਸਾਡੇ ਧੂਰੀ 'ਚ ਵੀ ਆ ਕੇ ਕੈਂਪ ਲਾ ਕੇ ਜਾਓ, ਕਿਉਂਕਿ ਸਾਡੇ ਧੂਰੀ ਦੇ ਲੋਕਾਂ ਨੂੰ ਵੀ ਲੋੜ ਹੈ, ਆਮ ਪਰਿਵਾਰਾਂ ਨੂੰ ਵੀ ਲੋੜ ਹੈ ਕਿ ਉਹ ਵੀ ਆਪਦੀ ਇਲਾਜ ਵਧੀਆ ਪੱਧਰ 'ਤੇ ਕਰਾ ਸਕਣ। ਸੋ ਇੱਕ ਇਹਨਾਂ ਨੇ ਛੋਟੇ ਜਿਹੇ ਮੇਰੇ ਸੱਦੇ 'ਤੇ ਇੰਨਾ ਵਧੀਆ ਅੱਜ ਪ੍ਰੋਗਰਾਮ ਕਰਾਇਆ, ਮੈਂ ਬਹੁਤ ਧੰਨਵਾਦੀ ਹਾਂ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਤੁਹਾਡੇ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕੰਮਾਂ ਕਾਰਾਂ 'ਤੇ ਲੱਗੇ ਹੋਏ ਨੇ। ਉਹਨਾਂ ਦਾ ਮੇਨ ਏਜੰਡਾ ਸੀਗਾ ਵੀ ਲੋਕਾਂ ਦੀ ਸਿਹਤ ਹੈ ਜਿਹੜੀ ਉਹਨੂੰ ਚੰਗਾ ਕੀਤਾ ਜਾਵੇ, ਕਿਉਂਕਿ ਸਿਹਤ ਹੈ ਜਿਹੜੀ ਉਹ ਸਭ ਤੋਂ ਵੱਡਾ ਗਹਿਣਾ, ਉਹਦਾ ਕੋਈ ਮੁੱਲ ਨਹੀਂ ਹੈਗਾ। ਜੇ ਇੱਕ ਚੰਗੀ ਸਿਹਤ ਮਿਲ ਜਾਏ ਇਨਸਾਨ ਨੂੰ, ਮੈਨੂੰ ਲੱਗਦਾ ਉਹ ਕੁਛ ਵੀ ਕਰ ਸਕਦਾ। ਸਿਹਤ ਦਾ ਆਪਾਂ ਧਿਆਨ ਵੀ ਰੱਖਦੇ ਹਾਂ, ਪਰ ਉਮਰ ਦੇ ਹਿਸਾਬ ਨਾਲ ਇਲਾਜ ਕਰਾਉਣ ਦੀ ਵੀ ਲੋੜ ਪੈਂਦੀ ਹੈ, ਕੋਈ ਨਾ ਕੋਈ ਬਿਮਾਰੀ ਠਮਾਰੀ ਬੰਦੇ ਨੂੰ ਲੱਗੀ ਹੋਈ ਰਹਿੰਦੀ ਹੈ। ਸੋ ਉਹਦੇ ਲਈ ਸਰਕਾਰ ਕੰਮ ਕਰ ਰਹੀ ਹੈ, ਹਰ ਸ਼ਹਿਰ ਨੂੰ, ਹਰ ਪਿੰਡ ਨੂੰ ਮੁਹੱਲਾ ਕਲੀਨਿਕ ਵਰਗੇ ਵਧੀਆ ਕਲੀਨਿਕਸ ਮਿਲ ਰਹੇ ਨੇ। ਸਿਵਲ ਹੋਸਪਿਟਲ ਹੈ ਜਿਹੜਾ, ਉਹ ਵੀ ਵਧੀਆ ਬਣ ਰਿਹਾ ਹੈ। ਨਵੀਆਂ ਤੋਂ ਨਵੀਆਂ ਐਂਬੂਲੈਂਸਿਸ ਸਰਕਾਰ ਪੰਜਾਬ ਨੂੰ ਦੇ ਰਹੀ ਹੈ, ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰ ਰਹੇ ਨੇ, ਕਿਉਂਕਿ ਸਾਡੇ ਲੋਕਾਂ ਦੀ ਸਿਹਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਮਾਨ ਸਾਹਿਬ ਦਾ ਸੁਪਨਾ ਸੀਗਾ ਵੀ ਪੰਜਾਬ ਨੂੰ ਉਹੀ ਹੱਸਦਾ ਵੱਸਦਾ ਰੰਗਲਾ ਪੰਜਾਬ ਮੁੜ ਕੇ ਬਣਾਉਣਾ, ਅਤੇ ਮਾਨ ਸਾਹਿਬ ਪੂਰੀ ਮਿਹਨਤ ਕਰ ਰਹੇ ਨੇ। ਸਭ ਤੋਂ ਜ਼ਿਆਦਾ ਫੰਡ ਮੈਨੂੰ ਲੱਗਦਾ ਜੇ ਕਿਸੇ ਮਹਿਕਮੇ ਨੂੰ ਮਿਲਦਾ ਤਾਂ ਉਹ ਹੈਲਥ ਨੂੰ ਮਿਲਦਾ, ਕਿ ਸਾਡੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ। ਮਾਵਾਂ ਭੈਣਾਂ ਨੂੰ ਕੋਈ ਬਿਮਾਰੀ ਹੁੰਦੀ ਹੈ, ਕੋਈ ਦਿੱਕਤ ਆਉਂਦੀ ਸੀ ਤਾਂ ਮਾਵਾਂ ਭੈਣਾਂ ਸੋਚਦੀਆਂ ਸੀ ਵੀ 500,000 ਦਾ ਖਰਚਾ ਹੋਊਗਾ, ਰਹਿਣ ਦਿੰਦੇ ਹਾਂ, 2-4 ਦਿਨ ਦੇਖ ਲੈਂਦੇ ਹਾਂ, ਕੀ ਪਤਾ ਬਿਮਾਰੀ ਆਪ ਹੀ ਠੀਕ ਹੋ ਜਾਵੇ, ਖਰਚਾ ਨਾ ਕਰੀਏ। ਪਰ ਸਰਕਾਰ ਨੇ ਮੁਹੱਲਾ ਕਲੀਨਿਕ ਬਣਾ ਕੇ ਤੁਹਾਨੂੰ ਘਰ ਘਰ ਤੁਹਾਡੇ ਟੈਸਟ ਫ੍ਰੀ ਕਰਤੇ, ਤੁਹਾਡੀਆਂ ਦਵਾਈਆਂ ਫ੍ਰੀ ਕਰਤੀਆਂ, ਤੁਹਾਡੀ ਪਰਚੀ ਫ੍ਰੀ ਕਰਤੀ, ਤੁਸੀਂ ਜਿਹੜੀ ਮਰਜ਼ੀ ਦਵਾਈ ਲੈ ਕੇ ਆਓ ਤੁਹਾਨੂੰ ਸਾਰੀਆਂ ਦਵਾਈਆਂ ਫ੍ਰੀ ਨੇ। ਸਾਨੂੰ ਲੋੜ ਸੀਗੀ ਕਿ ਸਰਕਾਰ ਤਾਂ ਕੰਮ ਕਰ ਹੀ ਰਹੀ ਹੈ, ਕੋਈ ਸੋਸ਼ਲ ਕੰਮ ਲਈ ਆਪ ਲੋਕ ਵੀ ਮਹਾਰੇ ਆਪਦੇ ਚੱਲ ਕੇ ਆਉਣ, ਅਤੇ ਨਿੱਜਰ ਸਾਹਿਬ ਵਰਗੇ ਲੋਕ ਜਿਹੜੇ UK 'ਚ ਬੈਠੇ ਨੇ ਪਰ ਉਹਨਾਂ ਦਾ ਦਿਲ ਪੰਜਾਬ ਲਈ ਧੜਕਦਾ, ਪੰਜਾਬ ਦੇ ਲੋਕਾਂ ਲਈ ਧੜਕਦਾ। ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਸਾਡੇ ਧੂਰੀ 'ਚ ਤੁਸੀਂ ਆਏ ਕੈਂਪ ਲਵਾਓ, ਉਹਨਾਂ ਨੇ ਮੈਨੂੰ ਜਦੋਂ ਇਹ ਕਹਿਤਾ ਵੀ ਸਾਡੇ ਵੱਲੋਂ ਯੈਸ ਹੈ, ਤੁਸੀਂ ਜਦ ਮਰਜ਼ੀ ਆਈ ਕੈਂਪ ਲਵਾ ਲਓ, ਅਸੀਂ ਜਿੰਨੀਆਂ ਬਿਮਾਰੀਆਂ ਹੋਣਗੀਆਂ, ਚਾਹੇ ਉਹ ਮੋਤੀਆ ਹੋਵੇ, ਕਾਲਾ ਮੋਤੀਆ ਹੋਵੇ, ਕੋਈ ਉਮਰ ਦੇ ਹਿਸਾਬ ਨਾਲ ਲੈਂਸ ਪਾਉਣ ਵਾਲੇ ਹੋਣ, ਜਿਹੜੀ ਮਰਜ਼ੀ ਬਿਮਾਰੀ ਹੋਵੇ, ਅਸੀਂ ਆਪਰੇਸ਼ਨ ਵੀ ਕਰਾ ਕੇ ਦਾਂਗੇ, ਜੇ ਕਿਸੇ ਨੂੰ ਦਵਾਈ ਦੀ ਲੋੜ ਹੈ ਅਸੀਂ ਦਵਾਈ ਵੀ ਦੇਵਾਂਗੇ, ਜੇ ਕਿਸੇ ਨੂੰ ਚਸ਼ਮੇ ਦੀ ਲੋੜ ਹੈ, ਨੰਬਰ ਲੱਗਿਆ ਹੋਇਆ, ਉਹ ਚਸ਼ਮੇ ਵੀ ਮੁਹੱਈਆ ਕਰਾਏ ਜਾਣਗੇ। ਸੋ ਮੈਂ ਧੰਨਵਾਦ ਕਰਦੀ ਹਾਂ ਨਿੱਜਰ ਸਾਹਿਬ ਦਾ। ਇਹਨਾਂ ਨੇ ਇੱਕ ਹੋਰ ਸੋਚ ਸੋਚੀ ਹੈ ਵੀ ਧੂਰੀ ਦੇ ਜਿਹੜੇ ਘਰ ਨੇ, ਕਿਉਂਕਿ ਆਪਾਂ ਸਾਰੇ
ਵਧੀਆ ਘਰਾਂ ਤੋਂ ਆਉਂਦੇ ਹਾਂ, ਆਪਾਂ ਨੂੰ ਲੋੜ ਹੈ ਕਿ ਜਿਹੜਾ ਕੋਈ ਭੈਣ ਭਰਾ ਦਾ ਘਰ ਨਹੀਂ ਬਣਿਆ ਹੋਇਆ, ਜਿਹੜੇ ਔਖੇ ਨੇ, ਉਹਨਾਂ ਨੂੰ ਆਪਾਂ ਘਰ ਵੀ ਬਣਾ ਕੇ ਦੇ। ਸੋ ਉਹ ਸੋਚ 'ਤੇ ਵੀ ਸਰਕਾਰ ਵੀ ਕੰਮ ਕਰ ਰਹੀ ਹੈ, ਅਸੀਂ ਵੀ ਮਿਹਨਤ ਕਰ ਰਹੇ ਹਾਂ। ਅਤੇ ਸਾਡਾ ਇੱਕ ਸੁਪਨਾ ਹੈ ਵੀ ਧੂਰੀ 'ਚ ਕੋਈ ਵੀ ਮਕਾਨ ਹੈ ਜਿਹੜਾ ਉਹ ਕੱਚਾ ਨਾ ਰਹਿ ਜਾਵੇ, ਹਰ ਮਕਾਨ ਪੱਕਾ ਹੋਵੇ, ਹਰੇਕ ਬੰਦੇ ਕੋਲ ਛੱਤ ਹੋਵੇ ਅਤੇ ਉਹ ਆਰਾਮ ਨਾਲ ਆਪਦੇ ਘਰ ਸੌਂ ਸਕੇ। ਸੋ ਅੱਜ ਬਹੁਤ ਵਧੀਆ ਉਪਰਾਲਾ ਕੀਤਾ, ਇੱਦਾਂ ਦੇ ਉਪਰਾਲੇ ਨਿਰੰਤਰ ਚੱਲਦੇ ਰਹਿਣਗੇ, ਕੋਈ ਕਮੀ ਨਹੀਂ ਆਉਂਦੀ। ਜਿੰਨਾ ਸਾਡੇ ਤੋਂ ਸੇਵਾ ਹੋ ਸਕਦੀ ਹੈ ਅਸੀਂ ਧੂਰੀ ਦੀ, ਸਪੈਸ਼ਲੀ ਧੂਰੀ ਦੀ, ਕਿਉਂਕਿ ਧੂਰੀ ਵਾਲਿਆਂ ਨੇ ਕਦੇ ਸਾਡੀ ਪਿੱਠ ਨਹੀਂ ਲੱਗਣ ਦਿੱਤੀ। ਅਸੀਂ ਵੀ ਖਾਸ ਤੌਰ 'ਤੇ ਧੂਰੀ ਦਾ ਧਿਆਨ ਰੱਖਦੇ ਹਾਂ ਵੀ ਇੱਥੇ ਜਿਹੜੀ ਚੀਜ਼ ਦੀ ਲੋੜ ਹੈ ਪਹਿਲ ਦੇ ਆਧਾਰ 'ਤੇ ਉਹਨੂੰ ਮੁਹੱਈਆ ਕਰਾਇਆ ਜਾ ਸਕੇ। ਜਿਹੜੀਆਂ ਛੋਟੀਆਂ ਛੋਟੀਆਂ ਤੁਹਾਡੀਆਂ ਮੰਗਾਂ ਨੇ, ਛੋਟੇ ਛੋਟੇ ਕੰਮਕਾਰ ਨੇ, ਸਭ ਤੋਂ ਪਹਿਲਾਂ ਅਸੀਂ ਧੂਰੀ ਦੇ ਹੱਲ ਕਰਾਈਦੇ ਨੇ। ਮੈਨੂੰ ਲੱਗਦਾ ਹੈ ਸਰਕਾਰ ਪੂਰੀ ਧੂਰੀ ਨੂੰ, ਇੱਕ ਜਿਵੇਂ ਧੂਰੀ ਦੇ ਲੋਕਾਂ ਦੀ ਮੰਗ ਸੀ ਵੀ ਸਮਾਰਟ ਸਿਟੀ ਬਣਾਇਆ ਜਾਏ, ਉਹ ਸੋਚ 'ਤੇ ਪੂਰੀ ਕੰਮ ਕਰ ਰਹੀ ਹੈ। ਵਧੀਆ ਪ੍ਰੋਜੈਕਟ ਤੁਹਾਡੇ ਕੋਲ ਆ ਰਹੇ ਨੇ, ਤੁਹਾਡੀਆਂ ਮੰਗਾਂ ਹੱਲ ਕੀਤੀਆਂ ਜਾ ਰਹੀਆਂ ਨੇ। ਸਾਨੂੰ ਤੁਹਾਡੇ ਸਾਥ ਦੀ, ਸਾਨੂੰ ਤੁਹਾਡੇ ਪਿਆਰ ਦੀ ਹਮੇਸ਼ਾ ਲੋੜ ਹੈ। ਸੋ ਆਪਦਾ ਪਿਆਰ ਹੈ ਜਿਹੜਾ ਉਹਨੂੰ ਬਣਾਈ ਰੱਖਿਓ, ਸਾਥ ਨੂੰ ਬਣਾਈ ਰੱਖਿਓ। ਅੱਜ ਇੰਨੀਆਂ ਕੁ ਤੁਸੀਂ ਬੇਨਤੀਆਂ ਕਬੂਲ ਕਰਿਓ ਅਤੇ ਤੁਹਾਡਾ ਇੱਥੇ ਆਉਣ ਦੇ ਤਹਿ ਦਿਲੋਂ ਧੰਨਵਾਦ ਹੈ ਸਾਰਿਆਂ ਦਾ। ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਹੈ।